ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਯੂਟਿਊਬ ਚੈਨਲ ਐਚ ਕੇ ਪੜੇ 'ਤੇ। ਅੱਜ ਅਸੀਂ ਤੁਹਾਡੇ ਲਈ ਜਮਾਤ 12ਵੀਂ ਦਾ ਜੋ ਇੰਗਲਿਸ਼ ਵਿਸ਼ੇ ਦਾ ਜਨਰਲ ਇੰਗਲਿਸ਼ ਦਾ ਜੋ ਪੇਪਰ ਆ ਉਹ ਅਸੀਂ ਲੈ ਕੇ ਆ ਚੁੱਕੇ ਹਾਂ, ਜੋ ਕਿ ਤੁਹਾਨੂੰ ਤੁਹਾਡੀ ਸਕਰੀਨ 'ਤੇ ਦਿਖ ਹੀ ਰਿਹਾ ਹੋਵੇਗਾ। ਜੇਕਰ ਤੁਸੀਂ ਆਪਣੇ ਯੂਟਿਊਬ ਚੈਨਲ 'ਤੇ ਨਵੇਂ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਜਿਸ ਨਾਲ ਤੁਹਾਨੂੰ ਇਸ ਤਰ੍ਹਾਂ ਦੀ ਹੋਰ ਵੀ ਵੀਡੀਓ ਮਿਲਦੀ ਰਹਿਣਗੀਆਂ ਅਤੇ ਤੁਸੀਂ ਵੀ ਪੇਪਰ ਵਿੱਚੋਂ ਵਧੀਆ ਅੰਕ ਪ੍ਰਾਪਤ ਕਰ ਸਕੋਗੇ। ਅਤੇ ਅੱਜ ਅਸੀਂ ਤੁਹਾਨੂੰ ਕਿਹੜੇ ਪੇਪਰ ਹੀ ਦਿਖਾਵਾਂਗੇ। ਜੇਕਰ ਤੁਸੀਂ ਇਸ ਵੀਡੀਓ 'ਤੇ 10 ਕਮੈਂਟ ਅਤੇ 50 ਲਾਈਕ ਕੰਪਲੀਟ ਕਰਵਾ ਦਿੰਦੇ ਹੋ ਤਾਂ ਅਸੀਂ ਉਸੇ ਸਮੇਂ ਹੀ ਇਸ ਪੇਪਰ ਦੇ ਫੁੱਲ ਸੋਲਿਊਸ਼ਨ ਦੀ ਵੀਡੀਓ ਬਣਾ ਕੇ ਆਪਣੇ ਯੂਟਿਊਬ ਚੈਨਲ 'ਤੇ ਪਾ ਦਾਂਗੇ। ਇੰਨੇ 'ਚ ਤੁਹਾਨੂੰ ਪੇਪਰ ਦਿਖਾ ਦਿੰਦਾ, ਤੁਹਾਡੇ ਪੇਪਰ ਆ ਤੁਸੀਂ ਦੇਖ ਹੀ ਸਕਦੇ ਹੋ। ਅਤੇ ਮੈਂ ਜੋ ਤੁਹਾਡਾ ਜੋ ਪੇਪਰ ਹੋਇਆ ਸੀ ਜਨਰਲ ਪੰਜਾਬੀ ਦਾ ਉਹ ਚੈੱਕ ਕੀਤਾ ਹੈ। ਜੋ ਅਸੀਂ ਨੇ ਪੇਪਰ ਅਪਲੋਡ ਕੀਤਾ ਸੀ ਲਗਭਗ ਸਾਰਾ ਪੇਪਰ ਉਸਦੇ ਵਿੱਚ ਹੋਈ ਹੈ, ਕੇਵਲ 4-5 ਪ੍ਰਸ਼ਨ ਨੂੰ ਛੱਡ ਕੇ। ਜੋ ਅਸੀਂ ਤੁਹਾਨੂੰ ਕਹਾਣੀ ਕਰਾਈ ਸੀ, ਜੋ ਅਸੀਂ ਕੇਂਦਰੀ ਭਾਵ ਦੱਸੇ, ਜੋ ਖਾਲੀ ਸਮਾਂ ਦੱਸੇ ਉਹ ਤਾਂ ਸੇਮ ਹੀ ਨੇ ਬਿਲਕੁਲ, ਕੇਵਲ 1 ਪ੍ਰਸ਼ਨ ਦੇ ਵਿੱਚ ਹੀ ਫਰਕ ਆ, ਬਾਕੀ ਸਾਰੇ ਪੇਪਰ ਸੇਮ ਸੀ। ਇਹਨੇ ਤੁਸੀਂ ਪੇਪਰ ਦੇਖ ਸਕਦੇ ਹੋ, ਇਹਨੂੰ ਫੁੱਲ ਪੜ੍ਹ ਕੇ ਚਲੇ ਜਾਣਾ। ਲਗਭਗ ਇਹ ਪੇਪਰ 80 ਜਾਂ 90 ਦਾ ਹੋਊਗਾ, ਮੈਂ ਚੈੱਕ ਨਹੀਂ ਕੀਤਾ, ਉੱਤੇ ਪੜ੍ਹਨਾ ਭੁੱਲ ਗਿਆ। ਤਾਂ ਉਸ ਵਿੱਚ ਤੁਸੀਂ ਲਗਭਗ 90% ਨੰਬਰ ਲੈ ਜੂਗੇ ਜੇਕਰ ਤੁਸੀਂ ਇਸ ਪੇਪਰ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਜਾਂਦੇ ਹੋ। ਅਤੇ ਇਹਦਾ ਸਲਿਊਸ਼ਨ ਤੁਹਾਨੂੰ ਆਪਣੇ ਚੈਨਲ 'ਤੇ 6 'ਤੇ ਹੀ ਸਵੇਰੇ ਮਿਲ ਜੂਗਾ। ਲਗਭਗ ਅਸੀਂ ਸਵੇਰੇ ਇਸ ਪੇਪਰ ਦਾ ਸਲਿਊਸ਼ਨ ਤੁਹਾਨੂੰ 3 ਵਜੇ ਦੇ ਕਰੀਬ ਅਸੀਂ ਚੈਨਲ 'ਤੇ ਅਪਲੋਡ ਕਰ ਲਾਂਗੇ। ਅਤੇ ਹੁਣ 4th ਪੇਜ ਆ ਚੁੱਕਾ ਹੈ, ਤੁਸੀਂ ਦੇਖ ਹੀ ਸਕਦੇ ਹੋ, ਜੋ ਪੇਪਰ ਤੁਸੀਂ ਦੇਖ ਹੀ ਰਿਹਾ ਹੋਵੇਗਾ।